जेड़े आई विटनस ने जिन्ना ने कले कले बंदे दा नाम लिया उन्होंने वेख्या इस तो बाद उतों दियां सरकारां नूं उतों दे कोटां नूं मैनू नहीं समझ आउंदी किदां दे सबूत चाहीदे आ। माता जी अखीर दे विच मैं तुहाडे थ्रू एक सुनेहा देना चाहुंना पंजाब ते पंजाब तो बाहर बसण वाले ओ अभागे सिखां नाल जिन्हां नाल इह कुछ होया जिन्हां दियां इज्जतां रोलियां गईयां लुट्टिया गया कुट्टिया गया मारिया गया लताड़िया गया रोण बना दिता गया कैनेडा अमेरिका ते होर देशां तों सरकारी मीडिया बहुत रौला पाउंदा कि कैनेडा अमेरिका ते होरना देशां च सिखां ने बहुत पैसा इकट्ठा कीता ते पर वह पैसा उन्हां लोकां तक नहीं पहुंचिया। माता जी मैनूं कैनेडा च रहिंदे नूं 26 साल हो गए, मैं 26 साल तो बड़े क्लोजली बीइंग अ सिख होण दे नाते मेरा फर्ज भी बनता मैं इत्थे दे गुरद्वारा साहिबान दे नाल ते जिहड़े भी एक्टिव जथेबंदियां दे नाल उन्हां दे नाल जुड़िया होया तुसी साडा सुनेहा उन्हां नूं जरूर पहुंचायो कि यह बिल्कुल झूठा प्रोपेगंडा कदे किसे ने इन्ना पैसा नहीं इकट्ठा कीता किसे ने अपने तौर ते अपनी श्रद्धा मुताबक जे फर्ज कीता मैं किसे परिवार नूं जानदा मैं अपनी हैसियत मुताबक उन्हूं 200 या $300 दे दिता होएगा पर समूहिक तौर ते सिखां ने ना कदे पैसा इकट्ठा कीता उन्हां दी मदद करन लई ना सिखा इन्ना कर सकदे आ ਇਹ ਗੌਰਮੈਂਟਾਂ ਦੇ ਕੰਮ ਨੇ ਇਹ ਮੀਡੀਏ ਨੇ ਕਦੇ ਅੱਜ ਤੱਕ ਉਹਨਾਂ ਸਰਕਾਰਾਂ ਨੂੰ ਨਹੀਂ ਪੁੱਛਿਆ ਜਿਨ੍ਹਾਂ ਸਰਕਾਰਾਂ ਨੇ ਇਹ ਕੁਛ ਕੀਤਾ ਜਿਨ੍ਹਾਂ ਸਰਕਾਰਾਂ ਨੇ ਸਾਨੂੰ ਉਜਾੜਿਆ ਉਹਨਾਂ ਸਰਕਾਰਾਂ ਨੇ ਉਹਨਾਂ ਨੂੰ ਮੁੜ ਵਸਾਉਣ ਲਈ ਕੀ ਕੀਤਾ ਪਲੀਜ਼ ਇਹ ਮੇਰਾ ਤੁਹਾਨੂੰ ਸੁਨੇਹਾ ਅਤੇ ਅਖੀਰ ਦੇ ਵਿੱਚ ਤੁਸੀਂ ਕੈਨੇਡਾ 'ਚ ਅਤੇ ਹੋਰ ਬਾਹਰਲੇ ਬਸਣ ਵਾਲੇ ਸਿੱਖਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਦੇਖੋ ਇੱਥੇ ਮੀਡੀਆ ਤੁਹਾਡੇ ਨੇ ਵੀ ਕਈਆਂ ਨੇ ਸਵਾਲ ਕੀਤਾ ਹੈ $1 million ਮੈਂ ਉਹਨਾਂ ਨੂੰ ਇਹੀ ਸੁਨੇਹਾ ਦਿੱਤਾ ਹੈ ਵੀ ਵੇਖੋ ਵੀਰੋ ਮੈਂ ਨਾ ਤਾਂ ਪੈਸੇ ਦੀ ਗੱਲ ਕਰਨਾ ਹੀ ਹੈ ਨਾ ਮੇਰੇ ਨਾਲ ਕੋਈ ਪੈਸੇ ਦੀ ਗੱਲ ਕਰਿਓ ਉਹ ਤੁਹਾਡੀ ਮਰਜ਼ੀ ਆ ਮੈਨੂੰ ਨਹੀਂ ਪਤਾ ਮੈਂ ਸਿਰਫ ਤੇ ਕੇਵਲ ਆਪਣਾ ਦੁੱਖ ਦੱਸਣਾ ਹੀ ਆ ਜਿਹੜੀ ਸਿੱਖਾਂ ਦੀ ਤਕਦੀਰ ਵਿਗੜ ਗਈ ਆ ਉਹਦੀ ਬੇਨਤੀ ਕਰਨਾ ਹੀ ਆ ਨਾ ਕਿ ਮੈਂ ਕਿਸੇ ਪੈਸੇ ਦੀ ਗੱਲ ਕਰਨਾ ਹੀ ਨਾ ਕਿਉਂਕਿ ਮੇਰਾ ਪੈਸੇ ਨਾਲ ਮਤਲਬ ਹੀ ਨਹੀਂ ਉਹ ਤੁਹਾਡੀ ਮਰਜ਼ੀ ਆ ਮਾਣ ਕਰੋ ਤੁਹਾਡੀ ਮਰਜ਼ੀ ਆ ਨਾ ਕਰੋ ਕਿਉਂਕਿ ਪੈਸੇ ਪੈਸਾ ਵਿੱਚ ਮਾਇਆ ਲਿਆਓ ਨਾ ਆਪਾਂ ਉਹ ਮਸਲਾ ਹੱਲ ਕਰੀਏ ਜਿਹੜਾ ਸਾਡੇ ਉੱਤੇ ਬਿਪਤਾ ਬਣੀ ਆ ਬਿਲਕੁਲ ਜਿਹੜੀ ਕੌਮ ਦੀ ਤਕਦੀਰ ਵਿਗੜੀ ਆ ਜਿਹੜੀ ਕੌਮ ਦੀ ਪੱਗ ਲੱਥੀ ਆ ਅਸੀਂ ਉਹਨੂੰ ਸਿਰ ਤੇ ਰੱਖਣ ਦੀ ਕੋਸ਼ਿਸ਼ ਕਰੀਏ ਨਾ ਕਿ ਇਹਦੇ ਵਿੱਚ ਉਲਝੀਏ ਬਈ $1 million ਕਿੰਨੇ ਘੰਟੇ ਕੀਤੇ ਉਹਨੇ ਇਧਰ ਪਾਸੇ ਤੇ ਸਾਨੂੰ ਜਾਣਾ ਹੀ ਨਹੀਂ ਚਾਹੀਦਾ ਜਿੱਥੇ ਮਾਇਆ ਆ ਕੇ ਖਲੋ ਜਾਂਦੀ ਆ ਉੱਥੇ ਬਰਬਾਦੀ ਆ ਹੈਨਾ ਤੇ ਅਸੀਂ ਤੇ ਆਪਣੀ ਤਕਦੀਰ ਦੀ ਵਿਗੜੀ ਸਵਾਰਨ ਦੀ ਗੱਲ ਕਰੀਏ ਵੀ ਬਾਹਰ ਦੇ ਸਿੱਖ ਵੀ ਵੇਖੋ ਜਿੰਨੀਆਂ ਲਹਿਰਾਂ ਚੱਲੀਆਂ ਨੇ ਉਹ ਬਾਹਰੋਂ ਚੱਲਦੀਆਂ ਰਹੀਆਂ ਨੇ ਤੁਸੀਂ ਆਜ਼ਾਦ ਦੇਸ਼ ਵਿੱਚ ਬੈਠੇ ਹੋ ਖੁੱਲ੍ਹ ਕੇ ਗੱਲ ਕਰ ਸਕਦੇ ਹੋ ਹੁਣ ਮੈਂ ਪਾਰਲੀਮੈਂਟ 'ਚ ਵੀ ਗਈ ਹਾਂ ਵਿਧਾਨ ਸਭਾ 'ਚ ਵੀ ਤੁਹਾਡੇ ਗਈ ਹਾਂ ਮੈਂ ਤਾਂ ਇੱਕ ਕੇਵਲ ਤੇ ਕੇਵਲ ਇੱਕ ਆਪਣੀ ਸਿੱਖੀ ਦੀ ਗੱਲ ਕੀਤੀ ਆਪਣੀ ਬਿਪਤਾ ਦੀ ਗੱਲ ਕੀਤੀ ਆਪਣੀ ਹੋਣੀ ਦੀ ਗੱਲ ਕੀਤੀ ਵੀ ਮਤੇ ਪਾਓ ਉਹਨਾਂ ਨੂੰ ਪੁੱਛੋ ਇਨਸਾਫ ਨਹੀਂ ਮਿਲਿਆ ਇਹ ਜਿਹੜੀ ਅਣਹੋਣੀ ਉਹਨਾਂ ਵਰਤਾਈ ਆ ਉਹਨਾਂ ਦਾ ਸਵਾਲ ਜਵਾਬ ਪੁੱਛੋ ਉਦੋਂ ਛੋਰੀ ਨੇ ਮੈਨੂੰ ਪੁੱਛਿਆ ਵੀ ਤੁਸੀਂ ਕੀ ਲੈ ਕੇ ਆਏ ਹੋ ਕੀ ਸਾਡੇ ਕੋ ਆਸ ਰੱਖਦੇ ਹੋ ਕੀ ਮੈਂ ਉਹਨੂੰ ਇਹੀ ਆਖਿਆ ਸੀ ਵੀ ਮੈਂ ਤੇ ਆਸ ਇਹ ਲੈ ਕੇ ਆਈ ਹਾਂ ਵੀ ਆਪਣੀ ਪਾਰਲੀਮੈਂਟ ਵਿੱਚ ਮਤਾ ਪਾਓ ਹੈ ਨਾ ਮਤਾ ਪਾ ਕੇ ਉਹਨਾਂ ਸਰਕਾਰਾਂ ਨੂੰ ਪੁੱਛੋ ਵੀ ਇੰਨਾ ਨਰਸੰਗਾਰ ਹੋਇਆ ਅੱਜ ਤੱਕ ਇਨਸਾਫ਼ ਕਿਉਂ ਨਹੀਂ ਮਿਲਿਆ ਬਾਕੀ ਇਹ ਆ ਵੀ ਉੱਥੇ ਮਤਾ ਪਾਸ ਕਰੋ ਤੇ ਸਾਨੂੰ ਜੋ ਐਨ ਓ ਚ ਕੰਮ ਆਏਗਾ ਤੁਸੀਂ ਸਾਰੀਆਂ ਸਰਕਾਰਾਂ ਵੀ ਸਾਨੂੰ ਇਨਸਾਫ਼ ਨਹੀਂ ਮਿਲਿਆ ਤੇ ਅਸੀਂ ਇਸ ਕਰਕੇ ਬਾਹਰਲੀਆਂ ਗੌਰਮੈਂਟਾਂ ਦੇ ਅੱਗੇ ਆਣ ਕੇ ਫਰਿਆਦ ਕਰਨ ਡਏ ਆ ਉਹਨੇ ਆਖਿਆ ਐਸਾ ਨਹੀਂ ਹੋ ਸਕਦਾ ਮੈਂ ਕਿਹਾ ਨਾ ਵੀਰਾ ਮੈਂ ਤਾਂ ਇਹੀ ਕੁਛ ਲੈ ਕੇ ਆਈ ਹਾਂ ਹੋਰ ਕੋਈ ਮੰਗ ਕਰਦੀ ਨੀ ਹੋਰ ਮੇਰੀ ਮੰਗ ਹੀ ਨਹੀਂ ਅੱਛਾ ਉਹਨਾਂ ਕਿਹਾ ਐਸਾ ਨਹੀਂ ਹੋ ਸਕਦਾ ਨਹੀਂ ਉਹਨੇ ਵੀ ਐਸੇ ਉਹਨਾਂ ਗੌਰਮੈਂਟਾਂ ਦਾ ਕੰਮ ਆ ਬਾਹਰਲੀਆਂ ਗੌਰਮੈਂਟਾਂ ਵਪਾਰ ਕਰਦੀਆਂ ਨੇ ਉਹ ਕਰਦੀਆਂ ਐਸਾ ਨਹੀਂ ਹੋ ਸਕਦਾ ਉਹਨੇ ਗੋਲ ਮੋਲ ਜੀ ਗੱਲ ਕੀਤੀ ਮੈਂ ਕਿਹਾ ਨਾ ਵੀਰਾ ਮੈਂ ਤਾਂ ਫਿਰ ਇਹੀ ਮਸਲਾ ਲੈ ਕੇ ਆਈ ਹਾਂ
ਹੈਨਾ ਤੇ ਮੈਂ ਤਾਂ ਹੋਰ ਮੇਰੀ ਕੋਈ ਮੰਗ ਹੀ ਨਹੀਂ ਹੋਰ ਮੈਂ ਤੁਹਾਡੇ ਕੋਲ ਕੀ ਮੰਗਣਾ ਮੈਂ ਤਾਂ ਇਨਸਾਫ ਵਾਸਤੇ ਆਈ ਹਾਂ ਵੀ ਇਨਸਾਫ ਨਹੀਂ ਮਿਲਿਆ ਤੇ ਬਾਹਰਲੇ ਸਿੱਖਾਂ ਨੂੰ ਵੀ ਇਹੀ ਕਹਿੰਦੀ ਹਾਂ ਵੀ ਛੋਟੀਆਂ ਮੋਟੀਆਂ ਇਹ ਡਾਲਰਾਂ ਦਾ ਇਹ ਤੇ ਜਦ ਆਪਣੀ ਤਕਦੀਰ ਸਵਾਰ ਲਾਂਗੇ ਇਹ ਬੜਾ ਕੁਛ ਆ ਜਾਏਗਾ ਕਿਸੇ ਡਾਲਰ ਦੇ ਨਾਲ ਅਣਖ ਖਰੀਦ ਸਕਦੇ ਹੋ ਉਹਨਾਂ ਬੇਪਤ ਜਿਹੜੀਆਂ ਬੇਟੀਆਂ ਹੋਈਆਂ ਨਿੱਕੀਆਂ ਨਿੱਕੀਆਂ ਉਹਨਾਂ ਡਾਲਰਾਂ ਨਾਲ ਉਹਨਾਂ ਦੀ ਪੱਤ ਬਚਾ ਸਕਦੇ ਹੋ ਹੈ ਉਹਨਾਂ ਦੇ ਬੱਚੇ ਮੋੜ ਸਕਦੇ ਹੋ ਹਾਂ ਇਹ ਤੁਹਾਡਾ ਫਰਜ਼ ਆ ਕਰੋ ਨਾ ਕਰੋ ਬਾਕੀ ਮਾਇਆ ਨੂੰ ਵਿੱਚ ਨਾ ਖਲਿਆਰੋ ਆਪਣੇ ਮਸਲਿਆਂ ਦੀ ਗੱਲ ਕਰੋ ਵੀ ਸਿੱਖਾਂ ਦੀ ਤਕਦੀਰ ਕਿੱਦਾਂ ਬਦਲ ਸਕਦੀ ਆ ਅਸੀਂ ਆਪਣੀ ਕੌਮ ਨੂੰ ਕਿਸ ਤਰ੍ਹਾਂ ਬਚਾ ਸਕਦੇ ਹਾਂ ਸਾਡੀ ਪੱਗ ਲਾਈ ਗਈ ਆ ਉਹ ਕਿੱਦਾਂ ਅਸੀਂ ਫਿਰ ਬਹਾਲ ਕਰਨੀ ਆ ਸਿਰ ਤੇ ਰੱਖਣੀ ਆ ਬਸ ਮੈਨੂੰ ਤੇ ਇਹੀ ਆ ਮੈਨੂੰ ਡਾਲਰਾਂ ਨਾਲ ਕੋਈ ਮਤਲਬ ਨਹੀਂ ਮਾਤਾ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਸਟੂਡੀਓ ਚ ਆਏ ਜਿਹੜੇ ਤੁਹਾਡੇ ਦੁੱਖ ਨੇ ਮੈਂ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਇੱਕ ਗੱਲ ਗੁਜ਼ਾਰਿਸ਼ ਕਰਨੀ ਚਾਹੁੰਦਾ ਵੀ ਜਿਹੜੀ ਇਹ ਮਾਤਾ ਜੀ ਦੀ ਸਟੋਰੀ ਤੁਹਾਨੂੰ ਦੱਸੀ ਆ ਇਹ ਸਿਰਫ ਇੱਕ ਘਰ ਦੀ ਕਹਾਣੀ ਦੱਸੀ ਆ ਪੰਜਾਬ ਤੋਂ ਬਾਹਰ ਵਸਦੇ ਸਮੁੱਚੇ ਭਾਰਤ ਵਿੱਚ ਸਿੱਖਾਂ ਦੇ ਘਰ ਘਰ ਇਹੋ ਕੁਛ ਹੋਇਆ ਇਦੋਂ ਵੱਧ ਹੋਇਆ ਸਿੱਖਾਂ ਦੀਆਂ ਲੜਕੀਆਂ ਗੁੰਡੇ ਜਿਹੜੇ ਚੁੱਕ ਕੇ ਲੈ ਗਏ ਉਹ ਅੱਜ ਤੱਕ ਵਾਪਸ ਨਹੀਂ ਆਈਆਂ ਬੜੀਆਂ ਸਰਕਾਰਾਂ ਆਈਆਂ ਬੜੀਆਂ ਸਰਕਾਰਾਂ ਚਲੀਆਂ ਗਈਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਿੱਖਾਂ ਦੀਆਂ ਵੋਟਾਂ ਨਾਲ ਜਿੱਤੇ ਜਿਨ੍ਹਾਂ ਨੇ ਸਿੱਖ ਕੌਮ ਦੇ ਨੌਜਵਾਨਾਂ ਨੂੰ ਜੋਸ਼ੀਲੇ ਭਾਸ਼ਣ ਕਰ ਕਰਕੇ ਭੜਕਾਇਆ ਉਹ ਆਪ ਅੱਜ ਇਹ ਗੱਲ ਕਹਿਣ ਲੱਗ ਗਏ ਕਿ ਬਾਹਰਲੇ ਗਰਮ ਦਲੀਏ ਸਿੱਖਾਂ ਨੂੰ ਬਚਾ ਕੇ ਰੱਖੋ ਅੱਜ ਬਾਦਲ ਸਾਹਿਬ ਨੂੰ ਆਹ ਬੀਬੀ ਜੀ ਨਾਲ ਗੱਲ ਕਰਦਾ ਲਖਵਿੰਦਰ ਸਿੰਘ ਵੀ ਗਰਮ ਦਲੀਆ ਲੱਗਦਾ ਮੈਂ ਗਰਮ ਦਲੀਆ ਨਹੀਂ ਅਸੀਂ ਇਨਸਾਫ ਮੰਗਣ ਦਾ ਹੱਕ ਰੱਖਦੇ ਹਾਂ ਜੇ ਤੁਹਾਡੀ ਜ਼ਮੀਰ ਮਰ ਚੁੱਕੀ ਆ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਾਡੀ ਜ਼ਮੀਰ ਨਹੀਂ ਮਰੀ ਸਾਡੀ ਜ਼ਮੀਰ ਜਿੰਨਾ ਚਿਰ ਜਾਗਦੀ ਆ ਤੁਸੀਂ ਸਾਰਾ ਪੰਜਾਬ ਨਸ਼ਿਆਂ ਤੇ ਲਾਤਾ ਤੁਸੀਂ ਨਸ਼ਿਆਂ ਤੇ ਲਾ ਕੇ ਉਹਨਾਂ ਦੇ ਵਿੱਚੋਂ ਗੈਰਤ ਜ਼ਮੀਰ ਖਤਮ ਕਰਨੀ ਚਾਹੁੰਦੇ ਹੋ ਪਰ ਮੈਂ ਪਰਮਾਤਮਾ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਲੱਖ ਲੱਖ ਸ਼ੁਕਰ ਕਰਦਾ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਬਾਹਰ ਭੇਜਿਆ ਤਾਂ ਕਿ ਸਿੱਖ ਜਿਉਂਦੇ ਜਾਗਦੇ ਰਹਿ ਸਕਣ ਤੇ ਆਪਣੀ ਅਣਖ ਤੇ ਆਪਣੀ ਆਜ਼ਾਦੀ ਦੀ ਗੱਲ ਨੂੰ ਅੱਗੇ ਤੋਰਦੇ ਰਹਿਣ ਤੇ ਮਾਤਾ ਜੀ ਸਾਡੇ ਸਟੂਡੀਓ 'ਚ ਆਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਜਦੋਂ ਵੀ ਸਾਡੇ ਕੋਲ ਪੰਜਾਬ ਤੋਂ ਜਾਂ ਕਿਤੋਂ ਕੋਈ ਹੋਰ ਆਵੇ ਅਸੀਂ ਉਹਨਾਂ ਦੇ ਨਾਲ ਇੱਦਾਂ ਦੀਆਂ ਗੱਲਾਂ ਕਰਕੇ ਇਹਨਾਂ ਨੂੰ ਇੱਕ ਇਤਿਹਾਸਕ ਦਸਤਾਵੇਜ਼ ਬਣਾਈਏ ਅਖੀਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖਾਂ ਰੋਂਦੀਆਂ ਤੈਨੂੰ ਵਾਰਸ ਸ਼ਾਨ ਕੇ